ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੰਤ ਕਥਾ ਦੁੱਲਾ ਪੱਟੀ ਦਾ ਸਾਰ ਵਿਸਤਾਰ ਸਹਿਤ ਪੜਾਂਗੇ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਸੁਣੋ ਤੇ ਦੇਖੋ ਤਾਂ ਕਿ ਤੁਹਾਨੂੰ ਦੁੱਲਾ ਪੱਟੀ ਬਾਰੇ ਪੂਰੀ ਪੂਰੀ ਜਾਣਕਾਰੀ ਹੋ ਸਕੇ ਦੁੱਲਾ ਸੰਦਲਵਾਰ ਦਾ ਜੰਪਲ ਸੀ ਤੇ ਉਸਦੇ ਪਿਤਾ ਦਾ ਨਾਮ ਫਰੀਦ ਖਾਨ ਸੀ ਇਹ ਪਰਿਵਾਰ ਪੱਟੀ ਰਾਜਪੂਤਾਂ ਨਾਲ ਸੰਬੰਧ ਰੱਖਦਾ ਸੀ ਜਿਸ ਕਾਰਨ ਦੁੱлле ਦਾ ਨਾਂ ਦੁੱਲਾ ਪੱਟੀ ਕਰਕੇ ਮਸ਼ਹੂਰ ਹੋਇਆ ਦੁੱлле ਦੇ ਪਿਓ ਦਾਦੇ ਵੀ ਆਪਣੇ ਸਮੇਂ ਦੇ ਤਕੜੇ ਅਨਖੀਲੇ ਤੇ ਬਹਾਦਰ ਵਿਅਕਤੀ ਸਨ ਉਹਨਾਂ ਨੇ ਮੁਗਲਾਂ ਦੀ ਧੌਂਸ ਮੰਨਣ ਤੇ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਮਾਮਲਾ ਲੈਂਦੇ ਸੀ ਨਾ ਉਦੋਂ ਰਾਜੇ ਜਾਨੀ ਟੈਕਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਠੀਕ ਹੈ ਤੇ ਉਹ ਉਹ ਨਹੀਂ ਸੀ ਦਿੰਦੇ ਉਹਨਾਂ ਨੂੰ ਮਾਮਲਾ ਕਹਿੰਦੇ ਹਨ ਜਦੋਂ ਅਕਬਰ ਲਾਹੌਰ ਆਇਆ ਤਾਂ ਉਸਨੇ ਫੌਜ ਭੇਜ ਕੇ ਇੰਨਾ ਬਾਗੀਆਂ ਨੂੰ ਲਾਹੌਰ ਸੱਦਿਆ ਤੇ ਕਤਲ ਕਰਵਾ ਦਿੱਤੇ ਫਿਰ ਆਮ ਲੋਕਾਂ ਵਿੱਚ دہشت ਪਾਉਣ ਤੇ ਰਾਜ ਸ਼ਕਤੀ ਦਾ ਭੈ ਪੈਦਾ ਕਰਨ ਲਈ ਦੁੱਲੇ ਦੇ ਪਿਓ ਤੇ ਦਾਦੇ ਦੀਆਂ ਖੱਲਾਂ ਵਿੱਚ ਤੂੜੀ ਪਰਵਾ ਕੇ ਉਹਨਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ਤੇ ਟੰਗਵਾ ਦਿੱਤਾ ਤੇ ਇਹ ਸਾਰੀ ਘਟਨਾ ਦੁੱਲੇ ਨੂੰ ਸੋਝੀ ਸੰਭਾਲਣ ਤੇ ਉਸਦੀ ਮਾਂ ਨੇ ਦੱਸੀ ਸੀ ਸੋਝੀ ਸੰਭਾਲਣ ਜਾਨੀ ਉਹਨੂੰ ਜਦੋਂ ਨੂੰ ਸੁਰਤ ਸੰਭਾਲੀ ਉਹਨੇ ਫਿਰ ਉਹਦੀ ਮਾਂ ਨੇ ਉਹਨੂੰ ਦੱਸਿਆ ਵੀ ਤੇਰਾ ਸਾੰਦਲ ਦਾਦਾ ਮਾਰਿਆ ਦਿੱਤਾ ਭੋਰੇ ਚਪਾ ਮੁਗਲਾਂ ਪੁੱਠੀਆਂ ਖੱਲਾਂ ਲਾ ਕੇ ਭਰੀਆਂ ਨਾਲ ਹਵਾ ਤਦ ਤੋਂ ਦੁੱਲੇ ਦੇ ਮਨ ਦੇ ਵਿੱਚ ਮੁਗਲ ਸਲਤਨਤ ਦੇ ਖਿਲਾਫ ਰੋਹ ਪੈਦਾ ਹੋਣ ਲੱਗਿਆ ਕਹਿਆ ਜਾਂਦਾ ਹੈ ਕਿ ਜਦੋਂ ਦੁੱਲੇ ਦਾ ਜਨਮ ਹੋਇਆ ਉਹਨਾਂ ਦਿਨਾਂ ਵਿੱਚ ਅਕਬਰ ਦੀ ਇੱਕ ਰਾਜਪੁੱਤ ਰਾਣੀ ਦੀ ਕੁੱਖੋਂ ਇੱਕ ਪੁੱਤਰ ਸਲੀਮ ਨੇ ਜਨਮ ਲਿਆ ਜੋ ਪਿੱਛੋਂ ਸ਼ਹਿਜ਼ਾਦਾ ਸ਼ੇਖੂ ਵਜੋਂ ਵੀ ਜਾਣਿਆ ਗਿਆ ਸਲੀਮ ਕਾਫੀ ਕਮਜ਼ੋਰ ਸੀ ਬਾਦਸ਼ਾ ਉਸਨੂੰ ਬਲਵਾਨ ਸੂਰਮਾ ਬਣਾਉਣਾ ਚਾਹੁੰਦਾ ਸੀ ਤੇ ਇਸ ਲਈ ਹਕੀਮਾਂ ਦੀ ਸਲਾਹ ਉੱਤੇ ਉਸ ਲਈ ਇੱਕ ਸਿਹਤਮੰਦ ਰਾਜਪੁੱਤ ਚੁਂਘਾਵੀ ਦਾ ਪ੍ਰਬੰਧ ਕਰਨਾ ਪਿਆ ਉਹਨਾਂ ਦਿਨਾਂ ਵਿੱਚ ਦੁੱਲਾ ਜੰਮਿਆ ਸੀ ਤੇ ਬਾਦਸ਼ਾਹ ਨੇ ਦੁੱਲੇ ਦੀ ਮਾਂ ਨੂੰ ਚੁੰਘਾਵੀ ਵਜੋਂ ਮਹਿਲਾਂ ਵਿੱਚ ਸੱਦ ਲਿਆ ਇਸ ਤਰ੍ਹਾਂ ਦੁੱਲਾ ਅਤੇ ਸਹਜਾਦਾ ਸਲੀਮ ਇੱਕੋ ਮਾਂ ਦਾ ਦੁੱਧ ਚੁੰਘ ਕੇ ਪਲੇ ਇਸ ਦੌਰਾਨ ਉਹ ਇਕੱਠੇ ਖੇਡਦੇ ਤੇ ਸ਼ਾਸਤਰ ਵਿੱਦਿਆ ਸਿੱਖਦੇ ਇਸ ਕਾਰਨ ਦੁੱਲਾ ਮਹਿਲਾਂ ਦੇ ਬਾਦਸ਼ਾਹੀ ਜਲੌ ਤੋਂ ਵੀ ਜਾਣੂ ਹੋ ਗਿਆ ਜਦੋਂ ਸ਼ਹਿਜ਼ਾਦਾ ਸਲੀਮ ਜਵਾਨ ਹੋਇਆ ਤਾਂ ਕਿਸੇ ਕਾਰਨ ਉਸ ਦੀ ਆਪਣੇ ਪਿਤਾ ਨਾਲ ਅਣਬਨ ਹੋ ਗਈ ਤੇ ਉਹ ਬਾਗੀ ਹੋ ਗਿਆ ਦਸਿਆ ਜਾਂਦਾ ਹੈ ਕਿ ਉਸਨੇ ਦੁੱਲੇ ਨੂੰ ਸਾੰਦਲਵਾਰ ਦੇ ਇਲਾਕੇ ਵਿੱਚ ਅਕਬਰ ਦੇ ਖਿਲਾਫ ਗੜਬੜ ਫੈਲਾਉਣ ਲਈ ਉਕਸਾਇਆ ਤੇ ਦੁੱਲਾ ਪਹਿਲਾਂ ਤੋਂ ਹੀ ਬਗਗੀ ਸੁਭਾਅ ਵਾਲਾ ਸੀ ਉਸ ਦੇ ਮਨ ਵਿੱਚ ਆਪਣੇ ਪਿਓ ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਭਾਵਨਾ ਪ੍ਰਬਲ ਸੀ ਉਸਨੇ ਸਰਕਾਰੀ ਮਾਮਲਾ ਤਾਂ ਕੀ ਦੇਣਾ ਸੀ ਸਗੋਂ ਉਹ ਆਉਂਦੇ ਜਾਂਦੇ ਸ਼ਾਹੀ ਖਾਫਿਆਂ ਨੂੰ ਵੀ ਲੁੱਟ ਲੈਂਦਾ ਸੀ ਤੇ ਇੱਕ ਵਾਰ ਘੋੜਿਆਂ ਦਾ ਇੱਕ ਵਪਾਰੀ ਲਾਹੌਰ ਜਾ ਰਿਹਾ ਸੀ ਤੇ ਦੁੱਲੇ ਨੇ ਉਸ ਤੋਂ ਘੋੜੇ ਖੋਲ ਲਏ ਤੇ ਇਸੇ ਤਰ੍ਹਾਂ ਇੱਕ ਵਾਰੀ ਇੱਕ ਵਪਾਰੀ ਬਾਦਸ਼ਾਹ ਲਈ ਤੋਹਫੇ ਲੈ ਜਾ ਰਿਹਾ ਸੀ ਤੇ ਦੁੱਲੇ ਨੇ ਸਾਰੇ ਤੋਹਫੇ ਖੋਲ੍ਹੇ ਤੇ ਵਪਾਰੀ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ ਤੇ ਇਸ ਤਰ੍ਹਾਂ ਦੁੱਲਾ ਬਾਦਸ਼ਾਹ ਤੋਂ ਬਾਗੀ ਹੋ ਗਿਆ ਲੁੱਟਦਾ ਇਹ ਪੈਸਾ ਉਹ ਗਰੀਬਾਂ ਵਿੱਚ ਵੰਡ ਦਿੰਦਾ ਸੀ ਤੇ ਜਦੋਂ ਆਮ ਲੋਕਾਂ ਨੂੰ ਪਤਾ ਲੱਗਾ ਕਿ ਇਹ ਬਹਾਦਰ ਜਵਾਨ ਸਲਤਨਤ ਦੇ ਖਿਲਾਫ ਖੜਾ ਹੋ ਗਿਆ ਹੈ ਤਾਂ ਹਾਕਮਾਂ ਦੇ ਜ਼ੁਲਮ ਤੇ ਅਨਿਆਂ ਤੋਂ ਤੰਗ ਆ ਕੇ ਲੋਕ ਦੁੱਲੇ ਦੇ ਹਮਦਰਦ ਅਤੇ ਪ੍ਰਸ਼ੰਸਕ ਬਣ ਗਏ ਕਿਹਾ ਜਾਂਦਾ ਹੈ ਕਿ ਦੁੱਲੇ ਦਾ ਚਾਚਾ ਜਲਾਲਦੀਨ ਉਸ ਨਾਲ ਵੈਰ ਰੱਖਦਾ ਸੀ ਤੇ ਉਸਨੇ ਦੁੱਲੇ ਦੇ ਖਿਲਾਫ ਅਕਬਰ ਅੱਗੇ ਜਾ ਸ਼ਿਕਾਇਤ ਕੀਤੀ। ਇੱਕ ਪਿੰਡ ਵਿੱਚ ਸੂਰਮਾ ਮਾਲ ਲੱਦੀ ਦੇ ਘਰ ਲਾਲ ਉਹਨੇ ਲੁੱਟ ਕੇ ਖਾ ਲਈਆਂ ਡਾਲੀਆਂ ਪੱਟੀ ਖੋ ਕੇ ਖਾ ਲੈ ਮਾਲ ਜੇ ਤੂ ਅਕਬਰ ਬਾਦਸ਼ਾਹ ਚੜ ਕੇ ਲੈ ਲੈ ਦੁੱਲੇ ਦੀ ਸਾਰ ਤਾਂ ਅਕਬਰ ਨੇ ਦੁੱਲੇ ਨੂੰ ਫੜਨ ਲਈ ਆਪਣੀ ਫੌਜ ਭੇਜੀ ਤੇ ਉਸ ਇਲਾਕੇ ਦੇ ਲੋਕ ਦੁੱਲੇ ਨੂੰ ਇਸ ਸਿਫ ਆਫਤ ਤੋਂ ਬਚਾਉਣਾ ਚਾਹੁੰਦੇ ਸਨ। ਤੇ ਕਹਿੰਦੇ ਹਨ ਕਿ ਇੱਕ ਗਵਾਲਣ ਨੇ ਤਾਂ ਦੁੱਲੇ ਨੂੰ ਬਚਾਉਣ ਲਈ ਫੌਜ ਦੇ ਸੈਨਾਪਤੀ ਨੂੰ ਪਰਮਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਫੌਜ ਨੇ ਦੁੱਲੇ ਦੇ ਪਿੰਡ ਉੱਤੇ ਧਾਵਾ ਬੋਲ ਦਿੱਤਾ ਤੇ ਦੁੱਲੇ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ ਜਦੋਂ ਦੁੱਲੇ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਸਾਥੀਆਂ ਸਮੇਤ ਫੌਜ ਨੂੰ ਆਹ ਲਲਕਾਰਿਆ ਤੇ ਦੋਹਾਂ ਧਿਰਾਂ ਦੀਆਂ ਤਿੱਖੀਆਂ ਝੜਪਾਂ ਹੋਈਆਂ ਇੱਕ ਵਾਰ ਤਾਂ ਉਸ ਨੇ ਸ਼ਾਹੀ ਫੌਜ ਨੂੰ ਭਾਜੜਾਂ ਪਾ ਦਿੱਤੀਆਂ ਤੇ ਦੁੱਲੇ ਦਾ ਪੁੱਤਰ ਵੀ ਇਸ ਲੜਾਈ ਵਿੱਚ ਬਹਾਦਰੀ ਨਾਲ ਲੜਿਆ ਕਹਾ ਜਾਂਦਾ ਹੈ ਕਿ ਪਿੱਛੋਂ ਅਕਬਰ ਦੀਆਂ ਫੌਜਾਂ ਨੇ ਦੁੱਲੇ ਨੂੰ ਧੋਖੇ ਨਾਲ ਘੇਰੇ ਵਿੱਚ ਲੈ ਲਿਆ ਤੇ ਲਾਹੌਰ ਵਿੱਚ ਲਿਜਾ ਕੇ ਉਸਨੂੰ ਫਾਂਸੀ ਦੇ ਦਿੱਤੀ ਦੁੱਲਾ ਪੱਟੀ ਦੇ ਜੀਵਨ ਨਾਲ ਕਈ ਪਰਉਪਕਾਰ ਦੀਆਂ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ ਇੱਕ ਵਾਰ ਉਸਨੇ ਕਿਸੇ ਗਰੀਬ ਘਰ ਦੀ ਲੜਕੀ ਨੂੰ ਧੀ ਬਣਾ ਕੇ ਵਿਆਹ ਹਾਂ ਦਾ ਪੁੰਨ ਖਟਿਆ ਸੀ ਇਸ ਦਾ ਹਵਾਲਾ ਲੋਹੜੀ ਨੂੰ ਗਾਏ ਜਾਂਦੇ ਪ੍ਰਸਿੱਧ ਲੋਕ ਗੀਤ ਸੁੰਦਰ ਮੁੰਦਰੀਏ ਵਿੱਚ ਮਿਲਦਾ ਜਿਵੇਂ ਗੀਤ ਗਾਇਆ ਜਾਂਦਾ ਲੋਹੜੀ ਦੇ ਸਮੇਂ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਮਿੱਟੇ ਹੋ ਚਾਚਾ ਗਾਲੀ ਦੇਸੇ ਹੋ ਚਾਚੇ ਚੋਰੀ ਕੁੱਟੀ ਹੋ ਜ਼ਿੰਮੇਦਾਰਾਂ ਲੁੱਟੀ ਹੋ ਤੇ ਦੁੱਲੇ ਦੀ ਬਹਾਦਰੀ ਨੂੰ ਪ੍ਰਗਟਾਉਣ ਵਾਲੀਆਂ ਕੁਝ ਤੁਕਾਂ ਵੀ ਮਿਲਦੀਆਂ ਹਨ ਮੇਰੇ ਹੇਠਾਂ ਬੱਕੀ ਲਾਖੀ ਜਿਹੜੀ ਟੁਰਦੀ ਸੁੰਭ ਟਕੌਰ ਮੇ ਪੁੱਤਾਂ ਬੱਗੇ ਸ਼ੇਰ ਦਾ ਮੇਰੀ ਸ਼ੇਰਾਂ ਵਰਗੀ ਤੋਰ ਜੰਮਣਾ ਤੇ ਮਰ ਜਾਵਣਾ ਉੱਡਣਾ ਪਿੰਜਰੇ ਵਿੱਚੋਂ ਪੌਰ ਤੇ ਇਸ ਤਰ੍ਹਾਂ ਕੀ ਸੀ ਦੇਖੋ ਇਹ ਦੁੱਲੇ ਪੱਟੀ ਦੇ ਨਾਲ ਸੰਬੰਧਿਤ ਕਹਾਣੀ ਜਿਸ ਨੂੰ ਕਿ ਤੁਸੀਂ ਧਿਆਨ ਨਾਲ ਸੁਣੋ ਤੇ ਯਾਦ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ